ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਪੰਜਾਬ। ਮੈਂ ਅਮਰਜੀਤ ਸ਼ਾਹੀ ਪ੍ਰਧਾਨ ਸ੍ਰੀ ਗੁਰੂ ਰਾਮਦਾਸ ਨੌਜਵਾਨ ਸਭਾ ਹੈਡ ਆਫਿਸ ਕਿਸ਼ਨਪੁਰਾ ਅੰਮ੍ਰਿਤਸਰ। ਆਹ ਸੰਡੇ ਹੈਗਾ, ਸੰਡੇ ਅੱਜ ਸਪੀਚ ਲਗਾਈ ਗਈ ਹੈ ਮਹਾਰਾਜ ਸੰਤ ਪਰਾਗਦਾਸ ਜੀ, ਜਿਨ੍ਹਾਂ ਨੇ ਸਾਨੂੰ ਇੰਨੀ ਵੱਡੀ ਸਿੱਖਿਆ ਦਿੱਤੀ ਕਿ ਨਾਮ ਜਪੋ, ਸਤਿਗੁਰਾਂ ਨਾਲ ਜੁੜੋ, ਅਤੇ ਉਸਦੇ ਕਾਰਨ ਅੱਜ ਉਹਨਾਂ ਦੀ ਯਾਦ ਵਿੱਚ, ਮਿੱਠੀ ਯਾਦ ਵਿੱਚ ਸ਼ਬੀਰ 'ਤੇ ਲੰਗਰ ਲਗਾਇਆ ਜਾ ਰਿਹਾ, ਲੰਗਰ ਤਿਆਰ ਹੋ ਰਿਹਾ, ਸਭ ਵਿੱਚ ਵਰਤਾਇਆ ਜਾਏਗਾ। ਉਹਨਾਂ ਜੇ ਲੰਗਰ ਉਹ ਸ਼ਾਮ ਤੱਕ ਚੱਲੇਗਾ? ਸ਼ਾਮ ਤੱਕ ਚੱਲੇਗਾ, 3 ਵਜੇ ਤੋਂ ਲੈ ਕੇ ਸ਼ਾਮ ਨੂੰ 5-6 ਵਜੇ ਚੱਲੇਗਾ। ਮਗਰ ਜਿਵੇਂ ਗਰਮੀ ਪੈ ਰਹੀ ਹੈ, ਜਿਵੇਂ ਕੋਈ ਐਡਾ ਵਧੀਆ ਕੰਮ ਕਰਦੇ ਪਏ, ਪੁੰਨ ਦਾ ਕੰਮ ਹੈ, ਤਵੀਰ ਲਾਈਏ, ਤਵੀਰ ਠੰਡੀ ਲਾਈ ਗਈ ਪਾਣੀ ਦੀ, ਇਹ ਸਭ ਉਸ ਪਰਮਾਤਮਾ ਦੀ ਦੇਣ ਹੈ। ਉਹਨਾਂ ਨੇ ਸਾਨੂੰ ਪਾਵਰ ਬਖਸ਼ੀ ਹੈ ਕਿ ਸੇਵਾ ਕਰਨੀ ਹੈ, ਤੁਸੀਂ ਸੇਵਾ ਦੇ ਵਿੱਚ ਲੱਗੇ ਰਹੋ, ਅਤੇ ਅਸੀਂ ਉਹਨਾਂ ਦੇ ਆਸ਼ੀਰਵਾਦ ਲੈ ਕੇ ਅਤੇ ਉਹਨਾਂ ਦੇ ਕਹਿਣ ਦਿੱਤੇ ਸੀ। ਅੱਜ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਦੇਵਾਂਗੇ ਮਹਾਰਾਜ ਵੀ ਸੱਚੇ ਪਾਤਸ਼ਾਹ, ਸਤਿਗੁਰਾਂ ਦੇ ਚਰਨਾਂ ਨਾਲ ਜੁੜੋ, ਮਹਾਰਾਜ ਦਾ ਨਾਮ ਚੱਕੋ, ਅਤੇ ਲੋਕਾਂ ਦੀ ਸੇਵਾ ਕਰੋ, ਅਤੇ ਕਿਸੇ ਦਾ ਬੁਰਾ ਨਾ ਟੱਪੋ, ਸਭ ਦਾ ਭਲਾ ਹੁੰਦਾ ਸਭ ਦੀ। ਮਗਰ ਜੇ ਨੌਜਵਾਨ ਹੈਗੇ ਆ, ਉਹ ਨਸ਼ਿਆਂ 'ਚ ਲੱਗੇ ਹੋਏ ਨੇ, ਜਿਵੇਂ ਤੁਸੀਂ ਪੁੰਨ ਦਾ ਕੰਮ ਕਰਦੇ ਹੋ, ਉਹ ਕਿਉਂ ਨਹੀਂ ਕਰੇ? ਉਹਨਾਂ ਨੂੰ ਸੁਧਾਰਨਾ ਚਾਹੀਦਾ। ਸਰਕਾਰ ਅੱਗੇ ਵੀ ਅਸੀਂ ਸਾਡੇ ਹੈੱਡ ਆਫਿਸ ਕਿਸ਼ਨਪੁਰ ਪ੍ਰਧਾਨ ਸਾਹਿਬ ਦੇ ਕਿਹਾ ਗਿਆ ਹੈ ਕਿ ਨਸ਼ਿਆਂ ਦੇ ਉੱਤੇ ਪਾਬੰਦੀ ਲਗਾਈ ਜਾਵੇ, ਤਾਂ ਕਿ ਸਾਡੇ ਨੌਜਵਾਨ ਲੋਕ ਆਪਣੇ ਕੰਮ ਕਰਨ ਅਤੇ ਇਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲੱਗੇ ਅਤੇ ਸੇਵਾ ਕਰਨ ਅਤੇ ਆਪਣੀ ਕਮਾਈ ਦੇ ਬਰਕਤ ਪਾਉਣ। ਹਾਂਜੀ ਭਾਈ, ਤੁਹਾਡਾ ਨਾਮ ਕੀ? ਮੇਰਾ ਨਾਮ ਹਨੀ ਜੀ। ਹਾਂਜੀ ਜੀ, ਅੱਜ ਸ਼ਬੀਲ ਲਗਾਈ ਜੀ, ਠੰਡੇ ਪਾਣੀ ਉਹ ਲੰਗਰ ਲਗਾਇਆ ਗਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਸਰ ਕਹਿਣਾ ਚਾਹੁੰਦਾ, ਵੇਖੋ ਜੀ, ਸਾਡੇ ਗੁਰੂ ਮਹਾਰਾਜ ਜੀ ਦਾ ਜੀ ਬਰਸੀ ਮਨਾ ਰਹੇ ਸੀ, ਠੀਕ ਹੈ ਜੀ, ਅਤੇ ਉਹਨਾਂ ਦੇ ਇਹੀ ਹੋ ਕੇ ਸਾਰੇ ਨੌਜਵਾਨ ਸਾਡੀ ਪੀੜ੍ਹੀ ਨਾਲ ਜੁੜੀ ਹੈ, ਜਿਸ ਤਰ੍ਹਾਂ ਕਿ ਗਰਮੀ ਪੈ ਰਹੀ ਹੈ, ਇਹ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅੱਜ ਲੰਗਰ ਲਗਾਇਆ ਜਾ ਰਿਹਾ, ਤਾਂ ਕਿ ਗਰਮੀ ਤੋਂ ਰਾਹਤ ਮਿਲ। ਇੱਕ ਸਾਡੇ ਜਿਹੜੇ ਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਅਸੀਂ ਉਹਨਾਂ ਨੂੰ ਅਸੀਂ ਉਹਨਾਂ ਤੋਂ ਹੀ ਭਾਅ ਜੀ ਇਹ ਸਿੱਖਿਆ ਲੈ ਕੇ ਜੁੜੇ ਹਾਂ। ਸਾਡੇ ਨਾਲ ਸਾਰੇ ਨੌਜਵਾਨ ਪੀੜ੍ਹੀ ਹੈ, ਨਸ਼ਿਆਂ ਨੂੰ ਬਚਾ ਕਰਨਾ ਚਾਹੁੰਦੇ, ਤਾਂ ਕਿ ਸਾਡੇ ਨਿੱਕੇ ਬੱਚੇ ਵੱਡੇ ਸਾਰੇ ਨਾਲ ਸਾਡੇ ਨਾਲ ਜੁੜੇ ਆ, ਸਾਡੇ ਪ੍ਰਧਾਨ ਸਾਹਿਬ ਨਾਲ ਖੜੋਤੇ ਨੇ, ਇਹਨਾਂ ਦੀ ਦੌਲਤ ਅਸੀਂ ਸਭ ਕੋਈ। ਮਗਰ ਪ੍ਰਧਾਨ ਸਾਹਿਬ ਜੀ, ਕੋਈ ਕਿੰਨੇ ਪੁੰਨ ਦਾ ਕੰਮ ਕਰਦੇ ਪਏ, ਜਿਹੜੇ ਨੌਜਵਾਨ ਹੈਗੇ ਆ ਉਹ ਕਿਉਂ ਨਹੀਂ ਇਹ ਕੰਮ ਕਰਦੇ ਪਏ? ਜਿਹੜੀ ਸੇਵਾ ਦਾ ਨੌਜਵਾਨ ਹੀ ਲੱਗੇ ਜੀ, ਮਗਰ ਲੱਗੇ ਆ, ਇਹ ਭਲਿਆ ਕੰਮ ਕਰਦੇ ਪਏ ਨੇ, ਮਗਰ ਇਹਨਾਂ ਨੂੰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਰਿਆਂ ਨੌਜਵਾਨਾਂ ਨੂੰ ਇਸ ਵਕਤ ਰੱਬ ਨੂੰ ਨਸ਼ੇ ਪੱਤੇ ਤੋਂ ਬਚਣ ਅਤੇ ਰੱਬ ਨਾਲ ਜੁੜ ਕੇ ਰਹਿਣ, ਨਾਲ ਏਕਤਾ ਦਿਖਾਉਣ, ਇਸ ਤਰ੍ਹਾਂ ਸਾਡੇ ਨਾਲ ਜੁੜ ਕੇ ਕਿ ਹਾਂ ਵੀ ਅਸੀਂ ਅੱਜ ਤੋਂ ਬਾਅਦ ਨਸ਼ੇ ਨਾ ਕਰਨ, ਇਹ ਚੰਗੇ ਕੰਮ ਲੱਗੀਏ। ਅਸੀਂ ਲੰਗਰ ਕਿਹੜੀ ਚੀਜ਼ ਦਾ ਲਗਾਇਆ ਜਾ ਰਿਹਾ ਜੀ? ਠੰਡੇ ਪਾਣੀ ਦੀ ਛਬੀਲ ਲਗਾਈ ਹੈ, ਉਸ ਤੋਂ ਬਾਅਦ ਲੰਗਰ ਪ੍ਰਸ਼ਾਦ ਦਾਲ ਫੁਲਕਾ ਕਣੀ ਚਾਵਲ ਦਾ ਲੱਗੇਗਾ ਜੀ, ਸ਼ਾਮ ਤੱਕ ਲੰਗਰ ਰਹੇਗਾ, ਅਟੂਟ ਲੰਗਰ ਵਰਤੇਗਾ ਜੀ। ਹਾਂਜੀ ਭਾਈ, ਰਾਮਪਾਲ ਸਿੰਘ ਦਾਸ ਮੰਦਰ ਸੇਵਾਦਾਰ ਹਾਂ ਜੀ। ਅਸੀਂ ਅੱਜ ਜੋ ਛਬੀਲ ਲਗਾਈ ਰਾਮਦਾਸ ਮਹਾਰਾਜ ਦੀ ਬਰਥਡੇ ਸਮਾਗਮ ਤੋਂ ਮਨਾਈ ਗਈ, ਜੋ ਕਿ ਸਾਡੇ ਬੱਚਿਆਂ ਨੇ ਬੜੀ ਸ਼ਰਧਾ ਦੇ ਨਾਲ ਲਗਾਈ ਆ। ਸੰਗਤ ਨੂੰ ਦੇਖੋ ਕਿਸ ਤਰ੍ਹਾਂ ਪਿਆਰ ਦੇ ਨਾਲ ਹਰ ਇੱਕ ਨੂੰ ਹੱਥ ਜੋੜ ਕੇ ਠੰਡੇ ਮਿੱਠੇ ਜਲ ਦੀ ਛਬੀਲ ਛਕਾਈ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਅਤੇ ਸੇਵਾ ਦਾ ਜੋ ਉਪਰਾਲਾ ਕਰਦੇ ਰਹਿਣ, ਹਰ ਜਗ੍ਹਾ ਲੰਗਰ ਦਾ ਛਬੀਲਾ ਲਗਾਉਂਦੇ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ, ਵਿੱਦਿਆ ਵੱਲ ਧਿਆਨ ਦੇਣ, ਪੜ੍ਹਾਈ ਲਿਖਾਈ ਬੰਦ ਕਰਕੇ IPS ਡਾਕਟਰ ਜੋ ਕਿ ਬਣੇ ਸਾਡੇ ਰਵਿਦਾਸ ਭਾਈ ਜੀ। ਮਤਲਬ ਜਿਵੇਂ ਅੱਜ ਇਹ ਲੰਗਰ ਲਗਾਇਆ, ਸ਼ਾਮ ਤੱਕ ਚੱਲੇਗਾ, ਕੀ ਚੀਜ਼ ਦਾ ਲਗਾਇਆ ਗਿਆ? ਦੇਖੋ ਜੀ, ਜੋ ਸੰਗਤ ਨੇ ਭੇਜਿਆ ਮੇਰੇ ਹਿਸਾਬ ਨਾਲ ਸ਼ਾਮ ਤੋਂ ਵੱਧ ਹੀ ਚੱਲ ਸਕਦਾ ਜੀ। ਜੋ ਸੰਗਤ ਨੇ ਸੇਵਾ ਭੇਜੀਆਂ ਨੇ ਸੰਗਤ ਦੇ ਸਹਿਯੋਗ ਨਾਲ ਸ਼ਾਮ ਤੋਂ ਮਗਰ ਜਿਵੇਂ ਲੰਗਰ ਚੀਜ਼ ਲਗਾਉਂਦੇ ਹੋ, ਹਰ ਸ਼ਹਿਰਾਂ 'ਚ ਲੱਗਦੇ ਆ ਬਖਸ਼ਪੀਲਾ, ਇਹ ਹਰ ਸਾਲ ਦੇਖੋ ਸੇਵਾ ਕਰਦੇ ਨੇ ਅਤੇ ਪ੍ਰਧਾਨ ਜੀ ਸਾਰੇ ਰਲ ਕੇ ਕਰਦੇ ਨੇ, ਇਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੋਈ ਸਾਰਿਆਂ 'ਚ ਪਿਆਰ ਮੁਹੱਬਤ ਨਾਲ, ਹਰੇ ਕੋਈ ਬੰਦਾ ਪ੍ਰਧਾਨ ਵੀ ਆ, ਸੇਵਾਦਾਰ ਵੀ ਆ, ਬੜੇ ਪਿਆਰ ਮੁਹੱਬਤ ਨਾਲ ਦੇਖ ਲਓ ਕਿਸ ਤਰ੍ਹਾਂ ਸੇਵਾ ਕਰ ਰਹੇ ਨੇ ਆਪਣੇ ਲੰਭਾਰੇ ਨੇ, ਜੋ ਕਿ ਠੰਡੇ ਮਿੱਠੇ ਜਲ ਦੀ ਸੇਵਾ
ਬੱਚੇ ਸਾਡੇ ਲੱਗੇ ਜੇ, ਮਗਰ ਜਿਵੇਂ ਨੌਜਵਾਨ ਬੱਚੇ ਲੱਗੇ ਹੋਏ ਨੇ, ਕਿੰਨੀ ਸੇਵਾ ਕਰਦੇ ਹੋਏ ਨੇ। ਇਹੋ ਹੀ ਹੋਰ ਜਿਵੇਂ ਪਿੰਡਾਂ ਸ਼ਹਿਰਾਂ ਵਿੱਚ ਗਿਆ ਜਿਵੇਂ ਗਲਤ ਰਾਏ ਪਏ ਨੇ, ਇਹੋ ਹੀ ਸੇਵਾ ਇੰਜ ਕਹਿੰਦੇ ਇਹਨਾਂ ਨਾਲ ਰੋਸ਼ਨ ਹੋਵੇ। ਦੇਖੋ ਜੀ, ਸਾਡੇ ਬੱਚੇ ਜਿਹੜੇ ਲੱਗੇ ਨਾ, ਬਹੁਤ ਹੀ ਸ਼ਰਧਾ ਨਾਲ ਲੱਗੇ। ਸਾਡੇ ਪੰਜਾਬ ਦੀ ਪਰੰਪਰਾ ਲੱਗੀ ਹੋਈ ਆ, ਉਹ ਠੰਡੇ ਮਿੱਠੇ ਚੱਲਦੀ, ਜੋ ਗਰਮੀ ਵਿੱਚ ਛਬੀਲ ਚੱਲਦੀ ਆ, ਇਸ ਤਰ੍ਹਾਂ ਹੀ ਚੱਲਦੀ ਰਹੂਗੀ ਅਤੇ ਚੱਲਦੀ ਹੈ ਅਤੇ ਚੱਲਦੀ ਹੀ ਰਹਿਣੀ। ਅੱਜ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਕਹਿੰਦੇ ਹਾਂ ਜੀ, ਲੋਕ ਮੈਸੇਜ ਆ, ਪਿਆਰ ਮੁਹੱਬਤ ਦਾ ਹੋਵੇ, ਪ੍ਰੇਮ ਭਾਵਨਾ ਦੀ ਭਾਵਨਾ ਹੋਵੇ, ਕੋਈ ਗਿਲਾ ਸ਼ਿਕਵਾ ਨਾ ਹੋਵੇ, ਜੋ ਕਿ ਹਰ ਬੰਦਾ ਪਿਆਰ ਮੁਹੱਬਤ ਦਾ ਲੰਗਰ ਦੀ ਪਰੰਪਰਾ ਨਿਭਾਵੇ ਅਤੇ ਮਿਹਨਤ ਮਤ ਭੇਦ ਬਿਲਕੁਲ ਨਾ ਕਰੇ। ਹਾਂਜੀ ਭਾਈ ਜੀ, ਤੁਹਾਡਾ ਨਾਂ ਕੀ ਹੈ? ਰਾਮ ਜੀ। ਹੈਂ ਗੁੜੀਆ ਦੇਖੋ ਜੀ, ਮੱਥਾ ਟੇਕਣਾ ਜੀ, ਬਗੈਰਾ ਦੇਖੋ ਜੀ ਸੇਵਾ ਕਰਦੀ ਹੈ, ਬਗੈਰਾ ਦੇਖੋ ਜੀ ਛੋਟਾ ਜਿਹਾ ਉਹਦਾ ਬਈਆ ਭਰਾ, ਕਿੰਨੇ ਦੇਖੋ ਜੀ ਖੁਸ਼ੀ ਹੈਗੀ ਇਹਨਾਂ ਨੂੰ। ਅੱਜ ਦੇਖੋ ਜੀ ਇਹ ਹਰ ਰੋਜ਼ ਆਉਂਦੇ ਮੱਥਾ ਟੇਕਦੇ ਨੇ, ਬਗੈਰਾ ਦੇਖਦੇ ਪਏ ਉਹ, ਬਗੈਰਾ ਜਿਹੜਾ ਛੋਟਾ ਜਿਹਾ ਬਈਆ ਹੈ ਉਹ ਚਾਰਾ ਦੇਖ ਲਓ ਜੀ, ਦੇਖੋ ਛੋਟਾ ਬਰਦਰ। ਅਰ ਫਿਰ ਬਾਬਾ ਜੀ ਨੂੰ ਭੋਗ ਲਗਾ ਜਾ ਰਿਹਾ ਚੌਲਾਂ ਦਾ, ਬਗੈਰਾ ਦੇਖਦੇ ਪਏ ਉਹ, ਦੇਖੋ ਕਿੰਨੀ ਸੇਵਾ ਕਰਦੇ ਨੇ ਬਗੈਰਾ। ਅਰ ਫਿਰ ਬਾਬਾ ਜੀ ਭੋਗ ਲਗਾਇਆ ਗਿਆ, ਕੰਜੀ ਕੋਈ ਬਾਬਾ ਜੀ ਪਾਣੀ ਪੀਣ ਦੇ ਆਉਣਾ ਆਪਾਂ ਪੀਣਗੇ। ਬਕਾਇਦਾ ਦੇਖੋ ਜੀ, ਜਦੋਂ ਸਵੀਰਾਂ ਨੇ ਲੰਗਰ ਵੀ ਲਗਾਇਆ ਜਾਂਦਾ, ਬਕਾਇਦਾ ਦੇਖਦੇ ਹੋ ਸੇਵਾ ਦੇਖੋ ਕਰਦੇ ਨੇ, ਬਕਾਇਦਾ ਦੇਖਦੇ ਹੋ। ਅੱਜ ਛੁੱਟੀ ਹੈਗੀ ਏ, ਅੱਜ ਨਹੀਂ ਇੰਨਾ ਕੁਝ, ਅੱਜ ਛੁੱਟੀ ਆਈ ਕੋਈ ਨਹੀਂ।
ਖਿੱਚੋ ਮੋੜੋ ਖਿੱਚੋ ਮੋੜੋ।